ਸਰ ਅੱਜ ਜੋ ਵੀ ਚੀਜ਼ਾਂ ਹੋਈ, ਪ੍ਰੈਸ ਕਾਨਫਰੰਸ ਹੋਈ ਔਰ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਉਹ ਪੂਰਾ ਡਿਟੇਲ ਦਿੱਤਾ ਗਿਆ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਸਾਰੀ ਚੀਜ਼ਾਂ? ਦੇਖੋ ਜੀ, ਮੈਂ ਤਾਂ ਕਹੂੰਗਾ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੇ, ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਜਿਹੜੇ ਬ੍ਰਦਰ ਭਾਈ ਹਰਪ੍ਰੀਤ ਸਿੰਘ ਉੱਪਰ ਜੋ ਇਹ ਝੂਠਾ ਜੋ ਮੁਕੱਦਮਾ ਦਰਜ ਕੀਤਾ ਗਿਆ, ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆ ਰਿਹਾ ਹੈ, ਤੁਹਾਰਾ ਸ਼ਹਿਰ ਤੁਮ ਹੀ ਮੁਦਈ ਤੁਮ ਹੀ ਮੁਨਸਿਫ, ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ। ਵੀ ਜਿਵੇਂ ਇੱਕ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ, ਜਿੰਨੀ ਉਹਨਾਂ ਕੋਲ ਪਾਵਰ ਹੈ, ਵੀ ਮੈਂ ਹੈਰਾਨ ਹਾਂ ਵੀ ਪਹਿਲੀ ਵਾਰ ਕੋਈ 3-4 ਗ੍ਰਾਮ ਜੋ ਨਸ਼ੀਲੇ ਪਦਾਰਥ ਦੇ ਕੇਸ ਦੇ ਵਿੱਚ ਜੋ ਇੱਕ ਜ਼ਿਲ੍ਹੇ ਦਾ SSP ਜੋ ਪ੍ਰੈਸ ਕਾਨਫਰੰਸ ਕਰ ਰਿਹਾ ਤੇ ਉਹ ਵੀ ਕਹਿ ਰਿਹਾ ਮੈਨੂੰ ਪਤਾ ਨਹੀਂ ਹੈ ਕਿਸ ਦਾ ਬ੍ਰਦਰ ਹੈ, ਤੇ ਮੈਂ ਸਮਝਦਾ ਵੀ ਜੇ ਆਈ 3-4 ਗ੍ਰਾਮ ਰਿਕਵਰੀ ਦੇ ਵਿੱਚ ਹੀ ਜੇ ਪੁਲਿਸ ਵਾਲੇ ਪ੍ਰੈਸ ਕਾਨਫਰੰਸ ਕਰਨ ਤੇ ਆ ਜਾਣ ਤਾਂ ਸ਼ਾਮ ਤੱਕ ਪੁਲਿਸ ਫੀਲਡ ਵਿੱਚ ਘੱਟ ਹੋਊਗੀ ਤੇ ਫੇਸਬੁੱਕ ਤੇ ਜ਼ਿਆਦਾ ਹੋਊਗੀ। ਕਦੇ ਦੇਖਿਆ ਨਹੀਂ ਹੋਣਾ ਵੀ ਕਿਸੇ ਵੀ ਮੁਕੱਦਮੇ ਦੇ ਵਿੱਚ ਇੱਕ SSP 3-4 ਗ੍ਰਾਮ ਰਿਕਵਰੀ ਦੇ ਵਿੱਚ ਸਾਰਾ ਦਿਨ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਹੈ, ਤੇ ਉਸ ਤੋਂ ਬਾਅਦ ਇੱਕ ਕਹਾਣੀ ਕਿਵੇਂ ਬਣਾਈ? ਆਪਾਂ ਜਾਣੇ ਹੀ ਰਹਿੰਦੇ ਹਾਂ ਅਕਸਰ ਨੈਸ਼ਨਲ ਹਾਈਵੇ ਦੇ ਉੱਪਰ, 4-ਲੇਨ ਰੋਡਸ ਦੇ ਉੱਪਰ, ਕਦੇ ਆਪਾਂ ਦੇਖਿਆ ਵੀ ਉੱਥੇ ਕੋਈ ਗੱਡੀ ਇੰਡੀਕੇਟਰ ਲਾ ਕੇ ਦੇ ਵਿੱਚ ਨਸ਼ਾ ਹੋ ਰਿਹਾ ਹੋਵੇ? ਤੇ ਪੁਲਿਸ ਉੱਪਰੋਂ ਆ ਕੇ ਮੈਂ ਤਾਂ ਕਦੇ ਨੈਸ਼ਨਲ ਹਾਈਵੇ ਤੇ ਦੇਖਿਆ ਨਹੀਂ ਪੁਲਿਸ ਉੱਥੇ ਖੜ ਕੇ ਤੇ ਦੇਖੇ ਟੋਰਚ ਮਾਰ ਕੇ ਵਿੱਚ ਹੋ ਕੀ ਰਿਹਾ। ਜੇ ਕੋਈ ਸੁਨਸਾਨ ਜਗ੍ਹਾ ਹੁੰਦੀ, ਜੇ ਕੋਈ ਖਾਲੀ ਕੋਈ ਗਲੀ ਹੁੰਦੀ ਕਿਸੇ ਮਹੱਲੇ ਦੀ, ਪਰ ਤਾਂ ਵੀ ਕੁਛ ਸੋਚਿਆ ਜਾ ਸਕਦਾ ਸੀ। ਪਰ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਇਹ ਆਈ ਲੱਗ ਰਿਹਾ ਜਿਵੇਂ ਪਿਛਲੇ ਸਾਲ ਜੋ ਮੈਂ ਕਹੂੰਗਾ 17-18 ਫਰਵਰੀ ਨੂੰ ਇੱਕ ਉਹ ਵਰਿੰਦਰ ਮੁੰਡੇ ਵਾਲਾ ਝੂਠਾ ਪਰਚਾ ਭਾਈ ਅੰਮ੍ਰਿਤਪਾਲ ਸਿੰਘ ਤੇ ਪਾਇਆ ਗਿਆ ਸੀ ਵੀ 2000 ਰੁਪਇਆ ਉਸ ਮੁੰਡੇ ਤੋਂ ਲੁੱਟ ਲਿਆ ਭਾਈ ਅੰਮ੍ਰਿਤਪਾਲ ਸਿੰਘ ਨੇ, 29 ਨੰਬਰ FIR PSO ਜਨਾਲਾ। ਇਸ ਤੋਂ ਪਹਿਲਾਂ ਵੀ ਇੱਕ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜੀ ਨੂੰ, ਉਹਨਾਂ ਦੇ ਜਿਹੜੇ 2-3 ਚਾਚਾ ਜੀ ਨੇ ਉਹਨਾਂ ਨੂੰ, ਉਹਨਾਂ ਦੇ ਭੂਆ ਜੀ ਨੂੰ ਤੇ ਹੋਰ ਪਰਿਵਾਰ ਵਾਸੀਆਂ ਨੂੰ ਪੁਲਿਸ ਨੇ ਹਫ਼ਤਾ ਅੰਦਰ ਲਵਾ ਦਿੱਤਾ ਸੀ, ਜੇਲ੍ਹ ਦੇ ਵਿੱਚ ਲਵਾ ਦਿੱਤਾ ਸੀ। ਆਹ ਮੇਰੇ ਹਿਸਾਬ ਨਾਲ ਅਪ੍ਰੈਲ ਮਹੀਨੇ ਦੀ ਗੱਲ ਹੋਣੀ ਹੈ। ਤਾਂ ਮੈਂ ਸਮਝਦਾ ਇਸ ਸਮੇਂ ਜਿਹੜੀ ਸੱਤਾਧਾਰੀ ਧਿਰ ਹੈ ਉਹ ਨਿੱਜੀ ਹੋ ਚੁੱਕੀ ਹੈ ਇੱਕ ਪਰਿਵਾਰ ਦੇ ਉਲਟ, ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਟਾਰਗੇਟ ਕਰਨ ਦੀ ਖਾਤਰ ਇਸ ਜਿਹੜਾ ਸਾਰਾ ਕੁਛ ਹੈ ਹਾਈ ਲੈਵਲ ਦੇ ਪੁਲਿਸ ਅਫੀਸ਼ੀਅਲਸ ਨੂੰ ਇਨਵੋਲਵ ਕਰਕੇ ਇੱਕ ਮੈਂ ਕਹੂੰਗਾ ਝੂਠਾ ਨੈਰੇਟਿਵ ਬਣਾਇਆ ਜਾ ਰਿਹਾ। ਭਾਈ ਅੰਮ੍ਰਿਤਪਾਲ ਸਿੰਘ ਤਾਂ ਹਾਲੇ ਜੇਲ੍ਹ ਦੇ ਵਿੱਚ ਨੇ, ਉਹਨਾਂ ਦਾ ਤਾਂ ਲੈਣਾ ਹੀ ਕੀ ਹੋਣਾ ਇਸ ਸਾਰੀ ਚੀਜ਼ ਦੇ ਨਾਲ। ਤਾਂ ਮੈਂ ਸਮਝਦਾ ਇੱਕ ਝੂਠਾ ਨੈਰੇਟਿਵ, ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਮੈਨੀਫੈਸਟੋ ਸੀ ਸਾਰਿਆਂ ਨਾਲ ਵੱਡੀ ਲੜਾਈ ਨਸ਼ਿਆਂ ਦੇ ਉਲਟ। ਨਸ਼ਾ ਦਾ ਮੁੱਦਾ ਸੀ, ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ, ਇਹੀ ਮੇਰਾ ਪੁਆਇੰਟ ਸੀਗਾ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਲੜਾਈ ਲੜੀ ਹੈ, ਲੇਕਿਨ ਹੁਣ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਉਣਾ ਬੜੀ ਹੈਰਾਨ ਕਰ ਦੇਣ ਵਾਲੀ। ਨਹੀਂ, ਬਿਲਕੁਲ ਸਹੀ ਗੱਲ ਹੈ, ਉਸੇ ਚੀਜ਼ ਨੂੰ ਜੋ ਪੰਜਾਬ ਦੀ ਆਵਾਮ, ਮੈਂ ਕਹੂੰਗਾ ਚਾਹੇ ਮਰਜ਼ੀ ਮਜ਼ਹਬ ਨੂੰ ਬਿਲੋਂਗ ਕਰਦੇ ਹੋਣ, ਮਰਜ਼ੀ ਕਾਸਟ ਨੂੰ ਕਰਦੇ ਹੋਣ, ਜਿਹੜਾ ਮਰਜ਼ੀ ਧਰਮ ਹੋਵੇ, ਸਾਰੇ ਆਂਦੇ। ਜਦੋਂ ਮੈਂ ਪ੍ਰਚਾਰ ਕੀਤਾ ਖਡੂਰ ਸਾਹਿਬ ਦੇ ਵਿੱਚ, ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਹਾਂ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨਸ਼ਿਆਂ ਦੇ ਵਿਰੁੱਧ ਨੇ। ਉਸੇ ਚੀਜ਼ ਨੂੰ ਜਾਣ ਬੁੱਝ ਕੇ ਡੀਫੇਮ ਕਰਨ ਦੀ ਖਾਤਰ ਇੱਕ ਟੁੱਚਾ ਜਿਹਾ ਕੇਸ ਪਾਇਆ ਗਿਆ, ਸਮਾਲ ਰਿਕਵਰੀ 2 ਗ੍ਰਾਮ ਤੋਂ ਉੱਪਰ ਜੋ 4 ਗ੍ਰਾਮ ਉਹਨਾਂ ਨੇ ਸ਼ੋਅ ਕੀਤਾ ਹੋਇਆ ਕੁਛ ਇਸ ਪਰਚੇ ਦੇ ਵਿੱਚ ਹੈ ਨਹੀਂਗਾ। ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੋਲੀਟੀਕਲ ਢਾਹ ਲਾਉਣ ਦੀ ਖਾਤਰ ਇਹ ਸਾਰੀ ਸਾਜ਼ਿਸ਼ ਹੈ, ਮੈਂ ਕਹੂੰਗਾ ਰਚੀ ਗਈ ਹੈ। ਸਰ, ਤੁਹਾਡੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ, ਕਿੰਨੇ ਦਿਨਾਂ ਤੋਂ ਹਰਪ੍ਰੀਤ ਜਿਹੜਾ ਹੈਗਾ ਗਾਇਬ ਦੱਸਿਆ ਜਾ ਰਿਹਾ ਹੁਣ ਤੱਕ ਦੀ ਗੱਲਬਾਤ ਤੁਹਾਡੀ? ਦੇਖੋ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਜੋ ਭਾਈ ਹਰਪ੍ਰੀਤ ਸਿੰਘ ਨੇ, ਵੈਸੇ ਤਾਂ ਉਹ ਘਰ ਤੋਂ ਬਾਹਰ ਬਹੁਤ ਘੱਟ ਜਾਂਦੇ ਨੇ, ਪਰ ਕੱਲ੍ਹ ਉਹਨਾਂ ਨੂੰ ਕੋਈ ਸ਼ਾਮ ਨੂੰ ਕੰਮ ਸੀ ਰਈਏ ਮੰਡੀ ਜੋ ਜੱਲੂਪੁਰ ਖੇੜੇ ਤੋਂ 2-4 ਕਿਲੋਮੀਟਰ ਦੀ ਦੂਰੀ ਤੇ ਹੈ, ਤੇ ਉੱਥੇ ਗਏ ਸੀ। ਉਸ ਤੋਂ ਬਾਅਦ ਉਹਨਾਂ ਦਾ ਫੋਨ ਵਗੈਰਾ ਵੀ ਟਰਾਈ ਕੀਤਾ ਤੇ ਉਹ ਕਿਤੇ ਕੋਈ ਲੱਭਿਆ ਨਹੀਂ, ਕੋਈ ਕਾਲ ਨਹੀਂ ਸੀ ਮਿਲ ਰਹੀ। ਉਸ ਤੋਂ ਬਾਅਦ ਉਹਨਾਂ ਨੇ ਮਿਸਿੰਗ ਰਿਪੋਰਟ ਵੀ ਦਾਇਰ ਕਰਾਉਣੀ ਸੀ ਵੀ ਹੋ ਸਕਦਾ ਵੀ ਸਾਡੇ ਬੰਦੇ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਹੋਵੇ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਸਵੇਰੇ ਵੀ ਆ ਝੂਠਾ
ਪਰਚਾ ਦਰਜ ਕਰ ਦਿੱਤਾ ਜੀ। ਤੇ ਹੁਣ ਅੱਗੇ ਤੁਹਾਡੀ ਕਿਸ ਤਰ੍ਹਾਂ ਦੀ ਰਣਨੀਤੀ? ਅੱਗੇ ਦੇਖੋ, ਅਸੀਂ ਜੋ ਅਦਾਲਤੀ ਪੈਰਵੀ ਹੈ ਉਹਨਾਂ ਨੂੰ ਜੋ ਅਰੈਸਟ ਕਰ ਲਿਆ ਗਿਆ, ਮੈਨੂੰ ਲੱਗਦਾ ਉਹਨਾਂ ਨੂੰ ਜੋ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੋਣਾ, ਜੇ ਰਿਮਾਂਡ ਨਹੀਂ ਲਿਆ ਤਾਂ ਜੋ ਹੌਲੀ ਹੌਲੀ ਜਿਵੇਂ ਜਿਵੇਂ ਕਸਟਡੀ ਦਾ ਪੀਰੀਅਡ ਹੋਊਗਾ ਉਹਨੂੰ ਦੇਖਦੇ ਹੋਏ ਅਸੀਂ ਜਮਾਨਤ ਲਾਵਾਂਗੇ। ਤੇ ਮੈਨੂੰ ਲੱਗਦਾ ਵੀ ਜੋ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਹੀ ਜੋ ਜਮਾਨਤ ਹੋ ਜਾਣੀ ਚਾਹੀਦੀ ਹੈ। ਠੀਕ ਹੈ, ਤਾਂ ਬਿਲਕੁਲ ਅੱਜ ਜਿਹੜੀ ਗ੍ਰਿਫਤਾਰੀ ਹੋਈ ਹੈ ਔਰ ਪ੍ਰੈਸ ਕਾਨਫਰੰਸ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਆਈਸ ਡਰੱਗਸ ਦੇ ਨਾਲ ਕਾਬੂ ਕੀਤਾ ਗਿਆ। ਉਹਦੇ ਵਿੱਚ ਜਿਸ ਤਰ੍ਹਾਂ ਦੱਸਿਆ ਗਿਆ ਕਿ ਹਾਈਵੇ 'ਤੇ ਗੱਡੀ ਖੜੀ ਸੀ, ਚਾਰੋ ਇੰਡੀਕੇਟਰ ਚੱਲ ਰਹੇ ਸੀ, ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਲੇਕਿਨ ਦੂਜੇ ਪਾਸੇ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਵਕੀਲ ਇਹ ਸਾਫ਼ ਤੌਰ 'ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇੱਕ ਬੜੀ ਹੀ ਪਲੈਨਿੰਗ ਦੇ ਤਹਿਤ ਉਹਨਾਂ ਨੂੰ ਫਸਾਉਣ ਦੀ, ਉਹਨਾਂ ਨੂੰ ਬਦਨਾਮ ਕਰਨ ਦੀ ਇਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।